ਕਹਿੰਦੇ ਕੀ ਕਹਿੰਦੇ ਫਿਰ ਤੂੰ ਜਾਂਦਾ ਕਿਉਂ ਨਹੀਂ? ਇਹ ਕਹਿੰਦੇ ਕਹਿੰਦੇ ਬਈ ਤੁਹਾਨੂੰ ਆਪਦੀ ਟਰਬਨ ਵੀ ਲਾਉਣੀ ਪਊ, ਜਾਣੀ ਕਿ ਪੱਗ ਵੀ ਲਾਉਣੀ। ਸੱਚ ਤਾਂ ਕੋਠੇ ਚੜ੍ਹ ਕੇ ਨੱਚ ਆ, ਤੁਸੀਂ ਕਹੋਗੇ ਕੋਟ ਲਈ ਯਾਰ ਨੰਗਾ ਹੀ ਖੜਾ ਇੱਕ ਤਰੀਕੇ ਦਾ, ਹੈਨਾ ਵੀ ਐਡਾ ਹੀ ਕਿਹੜੇ ਨੂੰ ਜਿਹੜਾ ਹੈਗਾ ਵਕਤ ਪੈ ਗਿਆ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ, ਜਿਹੜੀ ਗੱਲ 'ਤੇ ਬਹੁਤ ਜਾਣੇ ਕਿੰਤੂ ਪਰੰਤੂ ਕਰਦੇ ਆ, ਕਿੰਤੂ ਪਰੰਤੂ ਕਰਦੇ ਆ ਕਿ ਯਾਰ ਜਿਵੇਂ ਆਪਾਂ, ਵੈਸੇ ਤਾਂ ਮੈਂ ਸਮਝਦਾ ਹੁੰਦਾ ਕਿ ਜਿਹੜਾ ਜਿਹੜੇ ਫੀਲਡ ਦਾ ਬੰਦਾ ਹੋਵੇ ਉਹੀ ਉਹਤੇ ਬੋਲੇ, ਪਰ ਜਦੋਂ ਉਹ ਫੀਲਡ ਦੇ ਬੰਦੇ ਹੀ ਬੋਲਦੇ ਪਰ ਆਮ ਲੋਕ ਤਾਂ ਕਮੈਂਟ ਕਰਦੇ, ਪਰ ਮੈਨੂੰ ਉਹਤੇ ਉਹਦਾ ਰਿਪਲਾਈ ਤੁਹਾਨੂੰ ਦੱਸਣਾ ਪੈਣਾ, ਹੈ ਨਾ। ਕਿਉਂਕਿ ਯਾਰ ਮੈਂ ਹੁਣ ਇਸ ਵਕਤ ਸਾਊਥ ਦਾ, ਸਾਊਥ ਦੇ ਵਿੱਚ ਆ, ਹੈ ਨਾ, ਸਾਊਥ ਦੇ ਮੰਦਰਾਂ 'ਚ। ਅਤੇ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਇਹ ਕੇਰਲਾ ਨਾ ਤਾਂ ਇੱਥੇ ਬੀਜੇਪੀ ਦਾ ਰਾਜ ਹੈ, ਠੀਕ ਹੈ, ਇੱਥੇ ਕਮਿਊਨਿਸਟ ਪਾਰਟੀ ਦਾ ਰਾਜ, ਮਤਲਬ ਕਿ ਮੋਟੇ ਤੌਰ 'ਤੇ ਕਹਿੰਦੇ ਕਾਮਰੇਡਾਂ ਦਾ ਰਾਜ ਆ, ਠੀਕ ਆ, ਜਿਨ੍ਹਾਂ ਦੀ ਕਿ ਧਰਮ ਦੇ ਵਿੱਚ ਕੋਈ ਇੰਟਰਫੇਰੈਂਸ ਲਗਭਗ ਹੁੰਦੀ ਨਹੀਂ ਗੀ, ਹੈ ਨਾ। ਪਰ ਮੈਂ ਤੁਹਾਨੂੰ ਦੱਸਦਾ ਵੀ ਇੱਥੇ ਸਾਹਮਣੇ ਮੰਦਰ ਆ, ਮਾੜਾ ਦਿਖਾ ਦੇ ਯਾਰ, ਇਹ ਹੈਗਾ ਪਦਮਨਾ ਸ਼੍ਰੀ ਮੰਦਰ ਆ, ਠੀਕ ਆ, ਜਿਹਦੇ ਵਿੱਚੋਂ ਮੈਂ ਪੂਰਾ ਨਾਂ ਸ਼ਾਇਦ ਸਹੀ ਪ੍ਰੋਨਾਊਂਸ ਨਹੀਂ ਕਰ ਰਿਹਾ, ਮੈਨੂੰ ਲੱਗਦਾ ਮੈਨੂੰ ਨਹੀਂ ਹੋ ਰਿਹਾ, ਪਰ ਮੈਂ ਸੁਣਦਾ ਇਹ ਭਗਵਾਨ ਵਿਸ਼ਨੂੰ ਦਾ ਮੰਦਰ ਹੈ ਇੱਕ ਤਰ੍ਹਾਂ ਦਾ, ਠੀਕ ਆ। ਇਹਦੇ ਵਿੱਚ ਆਪਾਂ ਅੱਗੇ ਜਿਵੇਂ ਮੈਂ ਸਵੇਰੇ ਵੀਡੀਓ ਪਾਈ ਸੀ ਕਿ 5,00,000 ਕਰੋੜ ਰੁਪਏ ਦਾ ਸੋਨਾ ਗਿਣਿਆ ਗਿਆ ਸੀਗਾ, ਅਤੇ ਇੱਕ ਦਰਵਾਜ਼ਾ ਰਹਿੰਦਾ ਜਿਹਦਾ ਪਤਾ ਹੀ ਨਹੀਂ, ਮੰਨ ਲਿਆ ਅਨੰਤਾਂ ਦਾ ਸੋਨਾ ਪਿਆ ਵੀ ਉਹਦੇ 'ਚ ਆਪਾਂ ਕਹਿੰਦੇ ਕੋਈ ਉਹਦਾ ਨਾਪ ਤੋਲ ਨਹੀਂ, ਚਲੋ ਇਹ ਤਾਂ ਇਹਨਾਂ ਦਾ ਆਪਦਾ ਕੰਮ ਹੈ। ਪਰ ਮੈਂ ਸੁਣਦਾ ਇਹ ਮੰਦਰ ਦੇ ਅੰਦਰ ਜਾਣ ਵਾਸਤੇ ਤੁਹਾਨੂੰ ਸਾਰੇ ਕੱਪੜੇ ਉਤਾਰਨੇ ਪੈਂਦੇ ਆ, ਮੈਂ ਤੁਹਾਡੇ ਸਾਹਮਣੇ ਉਤਾਰਿਆ, ਧੋਤੀ 'ਚ ਹੀ ਜਾ ਸਕਦੇ ਹੋ ਇਕੱਲਾ, ਠੀਕ ਹੈ। ਇੱਥੋਂ ਤੱਕ ਕਿ ਮੇਰੇ ਨਾਲ ਆਜ਼ਾਦੀ ਉਰੇ ਹੀ ਮਾੜਾ ਜਿਹਾ ਆਜ਼ਾਦੀ ਦੇ ਪੱਗ ਬੰਨੀ ਹੋਈ ਆ, ਹੈ ਨਾ, ਅਤੇ ਇਹ ਕਹਿੰਦੇ ਵੀ ਧੋਤੀ ਦਾ ਚੱਲ ਬੰਦਾ ਫਿਰ ਵੀ ਜਿਹੜਾ ਹੈਗਾ ਬੰਨ ਲੂਗਾ, ਅਤੇ ਇਹ ਕਹਿੰਦੇ ਕੀ ਕਹਿੰਦੇ ਫਿਰ ਤੂੰ ਜਾਂਦਾ ਕਿਉਂ ਨਹੀਂ? ਇਹ ਕਹਿੰਦੇ ਕਹਿੰਦੇ ਬਈ ਤੁਹਾਨੂੰ ਆਪਦੀ ਟਰਬਨ ਵੀ ਲਾਉਣੀ ਪਊ, ਜਾਣੀ ਕਿ ਪੱਗ ਵੀ ਲਾਉਣੀ ਪਊ। ਦੇਖੋ ਠੀਕ ਆ ਉਹਨਾਂ ਦਾ ਧਰਮ ਵਧੀਆ ਚੰਗੀ ਗੱਲ ਆ, ਪਰ ਮੈਨੂੰ ਯਾਰ ਕੰਮ ਜਿਹਾ ਸੈੱਟ ਨਹੀਂ ਲੱਗਿਆ ਵੀ ਪੱਗ ਲਾ ਕੇ ਅੰਦਰ ਜਾ ਕੇ, ਠੀਕ ਆ ਮੇਰਾ ਮਨ ਸੀਗਾ ਦੇਖਣ ਦਾ, ਅਤੇ ਪਰ ਹੁਣ ਮੈਂ ਇਹ ਚੀਜ਼ ਨੂੰ ਕੈਂਸਲ ਕਰਦਾ ਕਿਉਂਕਿ ਮੈਂ ਪੱਗ ਨਹੀਂ ਯਾਰ ਲਾ ਸਕਦਾ। ਤਾਂ ਜਿਵੇਂ ਇਹਨੇ ਦੱਸਿਆ, ਪਰ ਪਿੱਛੇ ਦੇ ਸਮੇਂ ਜਿਹੜੇ ਲੇਡੀਜ਼ ਦੇ ਜਿਹੜਾ ਹੈਗਾ ਉਹਨਾਂ ਨੂੰ ਵੀ ਆਪਾਂ ਕਹਿੰਦੇ ਜੇਕਰ ਥੋੜ੍ਹੇ ਵੀ ਸ਼ੋਰਟ ਆ ਨਾ, ਆਪਾਂ ਕਹਿ ਦਿੰਦੇ ਹਾਂ ਸਾਡੇ ਦਰਬਾਰ ਸਾਹਿਬ ਦੇ ਵਿੱਚ ਯਾਰ ਕੀ ਹੁੰਦਾ, ਹੈ ਨਾ, ਆਪਾਂ ਕਹਿੰਦੇ ਵੀ ਜਿਵੇਂ ਮਰਜ਼ੀ ਆਉਂਦੇ, ਗੋਰੇ ਆਉਂਦੇ, ਕਾਲੇ ਆਉਂਦੇ ਆ, ਮੰਨ ਲਾ ਇਹਨਾਂ ਨੇ ਜੇ ਔਰਤਾਂ ਨੇ ਜੇ ਪੂਰੀ ਸਾੜੀ ਪਾਈ ਹੈ ਤਾਂ ਅੰਦਰ ਜਾਣ ਦੇਣਾ, ਨਹੀਂ ਤਾਂ ਮੰਨ ਲਾ ਇਹਨਾਂ ਨੇ ਜਿਹੜਾ ਕਹਿਣਾ ਵੀ ਧੋਤੀ ਬੰਨ ਕੇ ਜਾਓ, ਜੋ ਮੇਰੇ ਪਿੱਛੇ ਕੁੜੀ ਖੜੀ ਆ, ਹੈ ਨਾ, ਇੱਥੇ 50 ਰੁਪਏ ਦੀ ਧੋਤੀ ਮਿਲਦੀ ਹੈ, ਅਤੇ ਮੰਨ ਲਓ ਵੀ ਇਹਨਾਂ ਨੇ ਆਪਦਾ ਉਹ ਸੂਟ ਕੇਸ ਨਹੀਂ ਛੱਡਿਆ, ਜਾ ਜੋ ਵੀ ਉਹਨਾਂ ਦਾ ਮਾੜਾ ਡਰੈਸ ਕੋਡ ਆ, ਹੈ ਨਾ, ਨਾ ਇਹਦੇ ਅੰਦਰ ਕੈਮਰਾ ਲਿਜਾ ਸਕਦੇ, ਨਾ ਸਮਾਰਟ ਵਾਚ ਲੈ ਕੇ ਜਾ ਸਕਦੇ, ਅੰਦਰ ਵੀਡੀਓਗ੍ਰਾਫੀ ਤਾਂ ਕਿਤੇ ਵੀ ਅਲਾਊਡ ਨਹੀਂ ਮੰਦਰਾਂ 'ਚ। ਮੈਂ ਤੁਹਾਨੂੰ ਦੱਸਦਾ ਵੀ ਸਾਊਥ ਦੇ ਵਿੱਚ ਤਾਂ ਖਾਸ ਕਰਕੇ, ਕਿਉਂਕਿ ਸੋਨਾ ਬਹੁਤ ਪਿਆ, ਚਾਹੇ ਇਹਨਾਂ ਦੀ ਆਸਥਾ ਜਾਂ ਅੰਦਰ ਵੀ ਚੀਜ਼ ਆ। ਮੈਂ ਪਿਛਲੀ ਵਾਰੀ ਗਿਆ ਸੀਗਾ ਇੱਥੇ ਆਪਾਂ ਕਹਿੰਦੇ ਮਾਊਂਟ ਆਬੂ, ਹੈ ਨਾ, ਮਾਊਂਟ ਆਬੂ ਅੰਦਰ ਇਕੱਲੀ ਕਲਾ ਹੀ ਆ ਉਹਨਾਂ ਦੀ, ਸਾਰੀ ਸਾਰੀ ਬੜਾ ਬਰੀਕ ਬਰੀਕ ਉਹਨਾਂ ਨੇ ਸਾਰਾ ਕੁਝ ਵਾਇਆ ਹੋਇਆ, ਉਹ ਵੀ ਅੰਦਰ ਨਹੀਂ ਦਿਖਾਉਣ ਦਿੰਦੇ। ਪਰ ਮੈਂ ਇੱਥੇ ਇਹ ਗੱਲ ਕਹਿਣਾ ਚਾਹੁੰਦਾ ਕਿ ਯਾਰ ਵੀ ਸਾਡੇ ਵਾਲਿਆਂ ਨੂੰ ਵੀ ਜਦੋਂ ਕੋਈ ਖਾਸ ਕਰਕੇ ਸਾਡੇ ਸਿੱਖ ਧਰਮ ਦੇ ਵਿੱਚ ਕੋਈ ਉਹਤੇ ਬੋਲਦਾ ਹੁੰਦਾ ਤਾਂ ਸਾਨੂੰ ਜਿਹੜਾ ਹੈਗਾ ਨਾਲ ਦੀ ਨਾਲ ਹੀ ਆਪਾਂ ਵੱਢਣ ਲੱਗ ਪੈਂਦੇ ਬੰਦੇ ਨੂੰ ਵੀ ਯਾਰ ਇਹਨੇ ਆਹ ਕਹਿਤਾ ਆਹ ਕਹਿਤਾ ਆਹ ਕਹਿਤਾ, ਹੈ ਨਾ। ਪਰ ਜਿਹੜੀਆਂ ਗੱਲਾਂ ਇਹ ਗੱਲ ਕਹਿ ਰਹੇ ਆ ਕਿ ਹਾਂ ਯਾਰ ਅੰਦਰ ਡਰੈਸ ਕੋਡ ਹੋਣਾ ਚਾਹੀਦਾ, ਜਿਵੇਂ ਬਾਹਰ ਖੜ੍ਹੇ ਉੱਥੋਂ ਦੇ ਸੇਵਾਦਾਰ ਕਹਿੰਦੇ ਆ ਭਾਈ ਸਿਰ ਢੱਕ ਕੇ ਚੱਲੋ ਅੰਦਰ, ਵੀਡੀਓਗ੍ਰਾਫੀ ਨਾ ਕਰੋ, ਹੈ ਨਾ, ਲੋਕ ਉੱਥੇ ਰੀਲਾਂ ਪਾਉਂਦੇ ਰਹਿੰਦੇ ਆ ਉੱਥੇ ਵੀਡੀਓ ਬਣਾਉਂਦੇ ਆ। ਆਪਣੇ ਕਈ ਏਰੀਆ ਐਂ ਕਹਿੰਦੇ ਆ ਵੀ ਯਾਰ ਨਹੀਂ ਇਹ ਅਨਪੜ੍ਹਾਂ ਦੀ ਸੋਚ ਆ ਵੀ ਡਿਵੈਲਪ ਹੋ ਗਏ ਲੋਕ, ਤੇ ਇਹਨਾਂ ਨੂੰ ਪੜ੍ਹੇ ਲਿਖੇ ਥੋੜ੍ਹੀ ਆ ਫਿਰ ਆਪਣੇ ਵਾਲੇ, ਉਹ ਤਾਂ ਜ਼ਿਆਦਾ ਪੜ੍ਹੇ ਲਿਖੇ ਆ ਨਾ ਇਹ ਆਪਣੇ ਵਾਲੇ ਨਾਲੋਂ। ਇੱਥੇ ਤੁਹਾਨੂੰ ਪਤਾ 99% ਲਿਟਰੇਸੀ ਰੇਟ ਹੈ ਇੱਥੇ ਕੇਰਲਾ ਦੇ ਵਿੱਚ, ਅਤੇ ਆਪਾਂ ਇਹ ਗੱਲ ਕਰਦੇ ਨਹੀਂ ਯਾਰ ਹੁਣ ਆਸਥਾ ਹੈਗੀ ਆ ਆਪਣੇ ਵਾਲੇ ਅਨਪੜ੍ਹ ਆਏ ਤਾਂ ਇਹਨਾਂ ਦੇ ਤਾਲੀਬਾਨ ਵਾਲੀ ਸੋਚ ਆ, ਨਹੀਂ ਯਾਰ, ਇਹ ਆਪਾਂ ਨੂੰ ਮੈਂ ਕਹਿੰਦਾ ਰੀਥਿੰਕ ਕਰੋ ਇਹ ਚੀਜ਼ ਬਾਰੇ, ਦੁਬਾਰਾ ਸੋਚਣ ਦੀ ਲੋੜ ਹੈ, ਠੀਕ ਹੈ ਵੀ ਇਹ ਸਾਰੀਆਂ ਚੀਜ਼ਾਂ ਨਹੀਂ। ਮੈਂ ਤੁਹਾਨੂੰ ਅੰਦਰ ਤੱਕ ਗਾਂਹ ਤੱਕ ਤਾਂ ਦਿਖਾਉਣਾ ਸਫ਼ਰ, ਇੱਥੋਂ ਮੰਨ ਲਓ ਚੱਲਦਾ ਇਹ ਕੰਮ 50 ਰੁਪਏ ਦਾ, ਚਲੋ ਮੈਂ ਤਾਂ ਐਵੇਂ ਕਹਾਂ ਵੀ ਮੇਰੇ ਤਾਂ ਜਿਹੜੇ ਹੈਗਾ ਮੈਂ ਤਾਂ ਫਿਰ ਵੀ ਐਡਜਸਟ ਕਰ ਗਿਆ, ਜਿਵੇਂ ਆਜ਼ਾਦੀ ਵਰਗੇ ਜਾਂ ਕੋਈ ਵੀ ਨਹੀਂ। ਮੰਨ ਲਾ ਤੁਸੀਂ ਆਪਾਂ ਇੱਕ ਅੱਗੇ ਵੀ ਗੁਰਸਿੱਖ ਬੰਦਾ ਹੋ ਕੇ ਅੰਦਰ ਨਹੀਂ ਵੜ ਸਕਦਾ, ਮੋਟੇ ਤੌਰ 'ਤੇ ਇਹ ਗੱਲ ਕਹਿੰਦਾ। ਇਹ ਕਹਿੰਦੇ ਵੀ ਤੁਸੀਂ ਆਪਣੀ ਆਪਣੇ ਟਰਮਨ ਤਾਰੋ ਉਤਾਰੋ, ਆਪਾਂ ਇਹਦੇ ਕੋਈ ਇਹ ਨਹੀਂ ਕਹਿੰਦੇ ਵੀ ਇਹਨਾਂ ਦਾ ਕੋਈ ਗਲਤ ਆ, ਚਲੋ ਇਹਨਾਂ ਨੇ ਕਹਿਤਾ ਵੀ ਵੀ ਠੀਕ ਆ ਚੱਲ, ਜਿਵੇਂ ਆਪਣੇ ਦਰਬਾਰ ਸਾਹਿਬ ਦੇ 4 ਦਰਵਾਜ਼ੇ ਬਣਿਆ, ਹੈ ਨਾ, ਵੀ ਕੋਈ ਵੀ ਧਰਮ ਦਾ ਆ ਸਕਦਾ, ਠੀਕ ਆ ਚੰਗੀ ਗੱਲ ਆ। ਪਰ ਆਇਆ ਵੀ ਯਾਰ ਪ੍ਰੋਪਰ ਕੱਪੜਿਆਂ ਦੇ ਵਿੱਚ ਤਾਂ ਘੱਟੋ ਘੱਟ ਬੰਦਾ ਹੋਵੇ, ਇਹ ਨਾ ਹੋਵੇ ਵੀ ਤੁਸੀਂ ਕੈਪਰੀਆਂ ਦੇ ਵਿੱਚ ਨਿੱਕਰਾਂ ਦੇ ਵਿੱਚ ਲੋਹਰਾਂ ਦੇ ਵਿੱਚ ਆਈ ਜਾਂਦੇ ਹੋ, ਹੈ ਨਾ, ਕਮ ਸੇ ਕਮ ਤੁਸੀਂ ਪੂਰੀ ਡਰੈਸ ਦੇ ਵਿੱਚ ਆਓ, ਜਿਹਦਾ ਜਿਹਦਾ ਧਰਮ ਆ ਉਵੇਂ ਆ ਸਕਦੇ ਹੋ, ਹੈ ਨਾ। ਬਿਲਕੁਲ, ਮੈਂ ਬੇਸਿਕਲੀ ਕਹਿੰਦਾ ਬਾਕੀ ਤੁਸੀਂ ਦੇਖੋ ਯਾਰ ਕਿਤੇ ਮੱਕੇ ਦੀ ਵੀਡੀਓ ਬਾਹਰ ਆਈ ਵੀ ਮੱਕੇ ਦੇ ਅੰਦਰ ਕੀ ਆ, ਹੈ ਨਾ, ਠੀਕ ਆ। ਆਪਾਂ ਕਹਿ ਦਿੰਦੇ ਹਾਂ ਵੀ ਯਾਰ ਨਹੀਂ ਯਾਰ ਦਰਬਾਰ ਸਾਹਿਬ ਨੂੰ ਜਿੰਨਾ ਜਿਹੜਾ ਹੈਗਾ ਫੋਰਨਰ ਦੇਖਣਗੇ, ਚਾਹੇ ਨੀਕਰਾਂ 'ਚ ਆ ਕੇ ਦੇਖ ਲੈਣ, ਚਾਹੇ ਕੈਪਰੀਆਂ 'ਚ ਆ ਕੇ ਦੇਖ ਲੈਣ, ਹੈ ਨਾ, ਅਤੇ ਆਪਣੇ ਕਹਿੰਦੇ ਆ ਯਾਰ ਜੇ ਸਾਡੇ ਖਾਲਸੇ ਉਹਨੂੰ ਟੋਕਦੇ ਆ ਤਾਂ ਉਹਦਾ ਆਪਾਂ ਕਰਦੇ ਹਾਂ ਗੁੱਸਾ। ਪਰ ਇਹ ਗੱਲ ਆ ਜਦੋਂ ਤੁਸੀਂ ਘਰੋਂ ਬਾਹਰ ਨਿਕਲੋਗੇ ਨਾ ਉਦੋਂ ਹੀ ਪਤਾ ਲੱਗਣਾ ਵੀ ਕਿਹੜੇ ਭਾਅ ਵਿਕਦੀ ਹੈ। ਅਗਲੇ ਜਦੋਂ ਅਗਲੇ ਦੇ ਥਾਂ ਦੇ ਵਿੱਚ ਵੜਨਾ ਆਉਂਦਾ ਨਾ, ਅਗਲੇ ਧੜ ਤੋਂ ਸਾਰੇ ਕੱਪੜੇ ਵੀ ਉਤਾਰ ਲੈਂਦੇ ਆ, ਠੀਕ ਆ।
यही लै गया। हाँ एक काम लै सो चुन्नी तो लै सकते सी उत्ते है ना, मैं यार कहदे वास्ते इन्ना खर्चा करना हुण चुन्नी नूं कि अडा चल आई चलदे आ काम। पर यह अज मैं कहां मैनू सिखण नूं बहुत कुछ मिलिया ठीक है, पर इदू पहलां भी है ठीक है, पहलां भी बहुत सीगा ठीक है, पर मैं तुहानूं दसां भी अज जमा एंड वाला काम हो गया भी अज अगले कहिंदे भी बई आई जाणा पैणा ते तुहानूं उधरले पासों पग ला के वह भी वाल खुले छड के जा सकदे हो ठीक है, भी ताड़ा आपका धर्म है उन्होंने असं वेलकम कर रहे हैं, पर साडा हैगा साडे च जाना तो साडे वर के जाना। मैं अंदरों मंदिर के दर्शन करके आया, पर मैं एक गल देखी कि बच्चे चार साल का बच्चा भी होवे उदों भी धोती तो बिना नहीं जान देंदे, धड़ नंगी होनी चाहिए है ना। दूजा आप गल करिए सलवार सूट के भी नहीं, मान लो साड़ी पानी पैनी है तुहानू चाहे लेडीज़ नू चाहे तुहाडे थले दी सलवार भी पाई है चाहे आप शॉर्ट पाया जो भी है ठीक है, इन्हां दा ड्रैस कोड है। मतलब मैं मेन मुद्दा यही कहना चाहुंदा कि खास करके कि जिहड़ा साडे धार्मिक स्थानां ते जदों अपने कदों भी अपने धार्मिक स्थानां ते गल हुंदी है वी भाई उन्होंने आए रोकता उहदा सिर नंगा सीगा जां उहदे कैपरी पाई सी तां साडे बंदे विरोध करन लग पैंदे, पर एक गल देखो यार जिवें आपां अगे साउथ दे मंदर आ है ना, मंदरां दे विच उहनां दा ड्रैस कोड है ठीक है, जे ना ही अंदर मोबाइल अलाउड है, जे कोई चाहे आपां पवित्र स्थान लै लो मक्के मदीने दीआं कदे वीडियो मैं तां देखियां नहीं वी अंदरों आंगा वी भाई अंदर की हुंदा है ना जो भी है, पर साडे आपां कि उत्थे रीलां बनाउण लग पैंदे लोक फिर भी चली जाणा। असीं असल दे विच आपां आपदे धार्मिक स्थानां नूं आपां कि एक टूरिस्ट प्लेस ही बनाता है ठीक है, पर इन्हां बंदिआं ने की कीता जिहड़ी धर्म नूं धर्म नाल जोड़िया जिहड़ी टूरिस्ट प्लेस आ उहनूं टूरिस्ट आ, तुसीं इत्थे इन्हां दा इक कम हैगा वी तुसीं इत्थे आओ तुहाडा रिकॉर्ड करनगे है ना, तुहानूं बड़े अच्छे तरीके नाल तुहानूं जवाब दे देणगे, इन्हां दी बहुत चंगी गल है ठीक है। मैं तुहानूं दस देना वी बई साडा चलाने जिवें मेरा यादविंदर ना होया बलविंदर बलजिंदर ना होया उन्होंने उन्होंने सिंपल कहता भी बई टर्बन ना तुसीं अंदर नहीं जा सकते ठीक है, तुसीं इत्थों ही दर्शन कर लो ठीक है, पर गल ये है भी तुहानूं सोचना पैना सानूं भी सोचना पैना भी असीं किधरले पासों जा रहे हैं, करके जेकर कोई बंदा ठीक है धार्मिक मसले ते गल करदा हुंदा लॉजिक नाल तां उहदा सपोर्ट करिया करो विरोध ना करिया करो। सो बने रहो गुरप्रीत कोटली फेसबुक पेज ना गुरप्रीत कोटली यूट्यूब चैनल, तुहाडा सारा बहुत बहुत धन्यवाद, तुहानूं इनफॉर्मेशन दिंदा रहूँगा जिथे मैंने मिली ठीक है, तो चाहे जिहो जी भी है। अज मैनूं लगदा थोड़ा औखा तां सीगा वीडियो इस हालात च बनाउणी, पर मैं खैर दिखाउणा जरूरी है लोकां।